ਇਹਦੇ ਉੱਤੇ ਸਬਸਿਡੀ ਵੀ ਆ? ਸਬਸਿਡੀ ਵੀ ਹੈਗੀ ਹੈ ਜੀ। ਕਿੰਨੀ ਸਬਸਿਡੀ? 40% ਸਬਸਿਡੀ ਹੈ ਜੀ ਪੰਜਾਬ ਸਰਕਾਰ ਵੱਲੋਂ। 50,000 ਸਬਸਿਡੀ ਅੱਜ ਦੀ ਡੇਟ 'ਚ ਆ ਰਹੀ ਹੈ। ਠੀਕ ਆ, 50,000 ਰੁਪਇਆ ਸਬਸਿਡੀ ਆਪਾਂ ਨੂੰ ਇਹਦੇ 'ਤੇ ਦੇਖਣ ਨੂੰ, ਆਪਾਂ ਬਟ ਘੜਨੀ ਕਹਿ ਦਿੰਦੇ ਹਾਂ। ਹਾਂਜੀ ਹਾਂਜੀ, ਉਹ ਸਿਸਟਮ ਵੀ ਕਰੂਗਾ ਇਹ। ਲੱਗੀਆਂ ਹੋਈਆਂ ਨੇ ਅਲੱਗ ਅਲੱਗ, 4 ਬੰਦੇ ਬਹਿਣਗੇ, ਉਹ ਬੰਦੇ ਨੇ ਕੁਛ ਨਹੀਂ ਕਰਨਾ, ਬਸ ਆਲੂ ਚੱਕਣਾ ਅਤੇ ਇਹਦੇ ਵਿੱਚ ਰੱਖਣਾ। ਵੀਰੋ, ਸਵੈਮ ਸਕੀਮ ਦੇ ਅਧੀਨ ਕਾਫੀ ਸਾਰੇ ਖੇਤੀਬਾੜੀ ਦੇ ਸੰਦਾਂ 'ਤੇ ਸਬਸਿਡੀ ਆ ਰਹੀ ਆ। ਜਿਵੇਂ ਅੱਗੇ ਆਲੂਆਂ ਦਾ ਸੀਜ਼ਨ ਆਉਣਾ, ਤਾਂ ਆਲੂਆਂ ਲਈ ਆਪਾਂ ਨੂੰ ਜਿਹੜੀ ਖੇਤੀਬਾੜੀ ਮਸ਼ੀਨਰੀ ਦੀ ਲੋੜ ਹੈ, ਉਹਦੇ ਲਈ ਆਪਾਂ ਇੱਕ ਬਹੁਤ ਵਧੀਆ ਫਰਮ ਪੁਰਾਣੇ ਸਮੇਂ ਤੋਂ ਕੰਮ ਕਰ ਰਹੀ ਹੈ ਜਿਹੜੀ ਥਿੰਦ ਮਕੈਨੀਕਲ, ਉੱਥੇ ਪਹੁੰਚਿਆ ਅਤੇ ਇਹਨਾਂ ਦੇ ਇੰਪਲੀਮੈਂਟ ਦਿਖਾਉਣੇ ਆ ਤੁਹਾਨੂੰ, ਕੀ ਖਾਸ ਹੈ ਇਹਨਾਂ ਦੇ ਵਿੱਚ ਅਤੇ ਬਾਕੀ ਕਿਹੜੇ ਇੰਪਲੀਮੈਂਟ 'ਤੇ ਕਿੰਨੀ ਸਬਸਿਡੀ ਆ, ਉਹ ਵੀ ਵੀਡੀਓ ਦੇ ਵਿੱਚ ਦੱਸਾਂਗੇ, ਬਣੇ ਰਹੋ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਵੀਰ। ਸਤਿ ਸ਼੍ਰੀ ਅਕਾਲ ਭਾਈ। ਅਤੇ ਵੀਰੇ, ਸਭ ਤੋਂ ਪਹਿਲਾਂ ਸਟਾਰਟ ਕਰੀਏ ਆਪਾਂ, ਕਿਹੜੀ ਕਿਹੜੀ ਮਸ਼ੀਨ ਨੇਗੇ ਆਪਣੇ ਕੋਲ ਅਤੇ ਇਕੱਲੀ ਇਕੱਲੀ ਦੀ ਆਪਾਂ ਬਰੀਫ 'ਚ ਜਾਣਕਾਰੀ? ਅਸੀਂ ਬਣਾਉਂਦੇ ਹਾਂ ਜੀ ਆਲੂ ਬੀਜਣ ਵਾਲੀਆਂ ਮਸ਼ੀਨਾਂ, ਮਟਰ ਬੀਜਣ ਵਾਲੀਆਂ, ਮਲਟੀ ਕਰੋਪ ਜਿਹੜੇ ਪਲਾਂਟਰ ਹੁੰਦੇ ਆ ਜੀ, ਇਹ ਸਾਰੇ ਬਣਾਈਦੇ ਆ ਜੀ, ਅਤੇ ਨਾਲ ਹੀ ਆਪਣੀ ਝੋਨੇ ਵਾਲੀਆਂ ਮਸ਼ੀਨਾਂ ਜਿਹੜੀਆਂ ਲੱਕੀ ਸੀ ਡਰਿੱਲ। ਅਤੇ ਬਾਈ, ਜਿਵੇਂ ਆਪਾਂ ਸ਼ੁਰੂ ਕਰੀਏ ਤਾਂ ਇਹ ਮਸ਼ੀਨ ਦਾ ਪਹਿਲਾਂ ਨਾਮ ਦੱਸ ਦਈਏ, ਕੀ ਕੰਮ ਕਰਦੀ ਹੈ ਇਹ? ਜੀ ਆਲੂ ਬੀਜਣ ਵਾਲੀ ਮਸ਼ੀਨ ਆ ਜਿਹੜੀ ਆਟੋਮੈਟਿਕ ਹੁੰਦੀ ਜਾਣੀ, ਇਹਦੇ ਪਿੱਛੇ ਬੰਦਾ ਬਿਠਾਉਣ ਦੀ ਲੋੜ ਨਹੀਂ ਪੈਂਦੀ। ਫੁੱਲੀ ਆਟੋਮੈਟਿਕ ਹੈ? ਫੁੱਲੀ ਆਟੋਮੈਟਿਕ ਹੈ ਜੀ। ਜੀ ਹਾਂਜੀ, ਇਹ 2 ਰੋ ਵਾਲੀ ਆ, ਇਹਨਾਂ 2 ਰੋ ਦੇ ਵਿੱਚ ਲਾਉਣਾ ਹੁੰਦਾ ਜੀ। ਇਹ 2 ਵਾਲੀ ਆ ਅਤੇ 4 ਵਾਲੀ ਵੀ ਆਪਣੇ ਕੋਲ? ਹਾਂਜੀ, 4 ਵਾਲੀ ਵੀ ਹੈਗੀ। ਅਤੇ ਇਹਦੇ ਵਿੱਚ ਬਾਈ ਕੀ ਸੋਧਾਂ ਕੀਤੀਆਂ ਨੇ ਆਪਣੀ ਮਸ਼ੀਨ ਹੋਰਨਾਂ ਨਾਲੋਂ, ਕਿਵੇਂ ਵੱਖਰੀ ਆ ਆਪਣੀ ਜੀ? ਜੋ ਕਸਾਈ ਆਪਣਾ ਜਿਹੜੀ ਚੀਜ਼ ਜ਼ਿਆਦਾ ਘਸਦੀ ਆ ਉਹਦੇ ਵਿੱਚ ਅਸੀਂ ਸੋਧ ਕੀਤੀ ਆ। ਥੱਲੇ ਜਿਹੜੇ ਬੂਟ ਨੇ ਇਹਦੇ ਉਹ ਸਟੀਲੀ ਨੇ ਜੀ। ਸਟੀਲ ਦੇ ਲਾਤੇ? ਸਟੀਲ ਦੇ, ਹਾਂਜੀ। ਠੀਕ ਹੈ, ਅਤੇ ਨੀਚੇ ਜਿਹੜੇ ਇਹਨਾਂ ਦੇ ਲੱਗੇ ਹੋਏ ਨੇ, ਇਹਦੀ ਡਾਈ ਵਗੈਰਾ ਜੋ ਵੀ ਆ, ਉਹ ਅਸੀਂ ਸਾਰੀ ਆਪ ਖੁਦ ਮੈਨੂਫੈਕਚਰ ਕਰਦੇ ਹਾਂ ਇਹਦਾ, ਤਾਂ ਕਿ ਜਿਹੜਾ ਬੈੱਡ ਆ, ਪੋਠਾ ਵਾ, ਉਹ ਵਧੀਆ ਬਣ ਸਕੇ, ਬਾਜ਼ਾਰੋਂ ਨਹੀਂ ਲਈਦੇ। ਠੀਕ ਹੈ, ਬਾਜ਼ਾਰੋਂ ਕੁਛ ਨਹੀਂ ਲਈਦਾ, ਸਾਰੀ ਮੈਨੂਫੈਕਚਰਿੰਗ ਆਪਣੀ ਹੈ, ਆਪਣੀ ਆਪਦੀ। ਹਾਂਜੀ, ਅਤੇ ਇਹਦੇ ਵਿੱਚ ਮਤਲਬ ਕੋਈ ਬੰਦਾ ਬਿਠਾਉਣ ਦੀ ਲੋੜ ਨਹੀਂ, ਇੱਥੋਂ ਆਲੂ ਨੇ ਪੈਣਾ? ਹਾਂਜੀ। ਅਤੇ ਆਲੂ ਕਿੰਨਾ ਪੈ ਜਾਂਦਾ ਬਾਈ ਇਹਦੇ ਵਿੱਚ ਇੱਕ ਵਾਰ, ਕਿੰਨੇ ਕੁਇੰਟਲ ਦੀ ਕਪੈਸਿਟੀ ਹੈ ਇਹਦੇ? ਭਾਅ ਜੀ ਆਪਣੇ 4-5 ਤੋੜੇ ਪੈ ਜਾਂਦੇ ਆ। 4-5 ਗੱਟੇ? ਹਾਂ ਠੀਕ ਹੈ, 4-5 ਗੱਟੇ ਕਹਿੰਦੇ ਆ ਵੀ, 2.5-3 ਕੁਇੰਟਲ ਦੀ ਹਾਂਜੀ ਕਪੈਸਿਟੀ ਹੈ ਇਹਦੀ। ਅਤੇ ਇਹਨੇ ਆਪਣੇ ਆਪ ਹੀ ਆਲੂ, ਦੇਖੋ ਤੁਸੀਂ ਆਹ ਲੱਗਿਆ ਹੋਇਆ ਸਿਸਟਮ, ਇੱਥੋਂ ਇਹਨਾਂ ਦੇ ਉੱਤੇ ਪੱਟਿਆਂ ਦੇ ਉੱਤੇ ਆਲੂ ਨੇ ਚੱਲਣਾ ਆਹ ਕਨਵੇਅਰ ਦੇ ਵਿੱਚ ਪੈ ਕੇ, ਅਤੇ ਥੱਲੇ ਇਹਨੇ ਦੇਈ ਜਾਣਾ, ਆਪਣੇ ਆਪ ਹੀ ਬੀਜੀ ਜਾਣਾ, ਇੱਥੇ ਕੋਈ ਲੇਬਰ ਦੀ ਲੋੜ ਨਹੀਂ, ਬਸ ਲੋਡ ਕਰਨ ਵਾਲੇ ਬੰਦਿਆਂ ਦੀ ਲੋੜ ਹੁੰਦੀ ਹੈ ਜੀ, ਉਹ 2। ਹਾਂ, ਬਸ ਇੱਕ ਬੰਦਾ ਹੋਵੇ, ਚ ਇੱਕ ਵੀ ਸਾਰ ਦੂਗਾ ਵੀ ਗੱਟੇ ਚੱਕ ਚੱਕ ਵਿੱਚ ਪਾਈ ਜਾਵੇ। ਅਤੇ ਬਾਈ ਕਿੰਨਾ ਕੁ ਨਮੇੜ ਹੁੰਦਾ ਇਹਦਾ? ਇਹਦਾ ਜੀ ਤੁਸੀਂ ਆਮ ਜੇ ਮੰਨ ਲਓ ਦਿਨ ਦੇ 7 ਕਿੱਲੇ ਬੀਜਦਾ, ਇਹਨਾਂ ਤੁਸੀਂ 12-13 ਕਿੱਲੇ ਮਜ਼ੇ ਨਾਲ ਕੱਢ ਸਕਦੇ। ਠੀਕ ਹੈ ਵੀ, ਜੇ ਆਮ ਮਸ਼ੀਨ 7 ਕਿੱਲੇ ਬੀਜਦੀ ਆ, ਹਾਂ, ਤਾਂ ਆਪਣੇ ਵਾਲੀ 12-13 ਵੀ 40% ਕੰਮ ਉਹਦੇ ਨਾਲੋਂ ਵੱਧ ਹੁੰਦਾ, ਵੱਧ ਕਰੂਗੀ ਜੀ। ਅਤੇ ਅੱਗੇ ਬਾਈ ਗੱਲ ਕਰੀਏ ਤਾਂ ਸਬਸੋਇਲਰ ਆ ਗਿਆ? ਹਾਂਜੀ, ਸਬਸੋਇਲਰ, ਸਬ ਸਵੈਲਰ, ਇਹਦੀ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੈਵੀ ਡਿਊਟੀ ਥਿਕਨੈਸ, ਦੇਖੋ ਤੁਸੀਂ ਕਿੰਨੀ ਜ਼ਿਆਦਾ ਆ ਵੀ, ਛੇਤੀ ਛੇਤੀ ਜਿਹੜਾ ਮਰਨ ਵਾਲੀ ਚੀਜ਼ ਨਹੀਂ ਹੈਗੀ। ਅਤੇ ਬਾਕੀ ਮਟੀਰੀਅਲ ਵਗੈਰਾ ਕਿੱਦਾਂ ਦਾ ਯੂਜ ਕਰਦੇ ਆਪਾਂ? ਲੋਹਾ ਸਾਰਾ ਜੀ ਆਪਣਾ ਕੰਪਨੀਆਂ ਦਾ ਹੀ ਹੁੰਦਾ ਜੀ, ਟਾਟਾ ਵਗੈਰਾ ਦੇ। ਠੀਕ ਹੈ, ਟਾਟਾ ਦਾ ਲੋਹਾ ਯੂਜ ਕਰਦੇ ਆ ਸਾਰਾ, ਅਤੇ ISI ਮਾਰਕਾ ਲੱਗਿਆ ਹੋਇਆ ਉਹ। ਹਾਂਜੀ, ਵੀ ਆਪਾਂ ਕਹਿ ਲਈਏ ਸਕਰੈਪ ਵਾਲਾ, ਗੋਬਿੰਦਗੜ੍ਹ ਵਾਲਾ ਮਾਲ ਨਹੀਂ ਆਪਾਂ ਯੂਜ ਕਰਦੇ ਜੀ। ਅਤੇ ਅੱਗੇ ਬਾਈ ਆਪਣੇ ਮਲਟੀ ਕਰੋਪ ਬੈੱਡ ਪਲਾਂਟਰ, ਹੈ ਨਾ? ਹਾਂਜੀ, ਅਤੇ ਇਹ ਕਿਹੜੀਆਂ ਕਿਹੜੀਆਂ ਫਸਲਾਂ ਬੀਜਦੀ ਹੈ ਸਭ ਤੋਂ ਪਹਿਲਾਂ? ਇਹਦੇ ਨਾਲ ਜੀ ਤੁਸੀਂ ਆਪਣੇ ਮਟਰ ਬੀਜ ਸਕਦੇ ਹੋ, ਮੱਕੀ ਬੀਜ ਸਕਦੇ ਹੋ, ਭਿੰਡੀ ਬੀਜ ਸਕਦੇ ਹੋ ਜੀ, ਅਤੇ ਬਾਕੀ ਹੋਰ ਵੀ ਕਿਸੇ ਨੇ ਕੋਈ ਬੀਜਣੀ ਹੋਵੇ ਉਹਦੇ ਨਾਲ ਡਿਸਕਾਂ ਦੇ ਦਿਆਂਗੇ ਜੀ, ਉਹ ਤੁਸੀਂ ਦੱਸ ਦਿਓ, ਉਹ ਨਾਲ ਦੇ ਦੇਈਦੀਆਂ। ਠੀਕ ਹੈ, ਬਾਕੀ ਮਟਰ, ਭਿੰਡੀ, ਮੱਕੀ ਅਤੇ ਹੋਰ ਕੋਈ ਵੀ ਫਸਲ, ਮੂੰਗੀ, ਆਪਣਾ ਕਿਸੇ ਨੇ ਵੀ ਕੋਈ ਵੀ ਜਿੱਦਾਂ ਮੂੰਗੀ ਵਗੈਰਾ ਵੀ ਬੀਜਣੀ ਹੋਵੇ ਉਹਦਾ ਵੀ ਨਾਲ ਅਸੀਂ ਸੈਟਿੰਗ ਕਰਕੇ। ਠੀਕ ਆ, ਉਹ ਡਿਸਕਾਂ ਨਾਲ ਮਿਲ ਜਾਂਦੀਆਂ ਨੇ ਇਹਦੇ? ਹਾਂਜੀ, ਡਿਸਕਾਂ ਲੈ ਸਕਦਾ ਕਿਸਾਨ ਵੀਰ। ਅਤੇ ਇਹ ਮਤਲਬ ਵੱਖੋ ਵੱਖਰੀਆਂ ਫਸਲਾਂ ਬੀਜਦੀ ਆ ਬੈੱਡ ਦੇ ਉੱਪਰ? ਹਾਂਜੀ, ਛੋਟੇ ਛੋਟੇ ਬੈੱਡ ਜਿੱਦਾਂ ਰਿਜਿਸ ਕਹਿ ਦਿੰਦੇ ਨਾ ਉਹਨਾਂ ਨੂੰ, ਉਸ ਦੇ ਉੱਪਰ ਛੋਟੇ ਬੈੱਡ ਬਣਾਉਂਦੀ ਹੈ। ਅਤੇ ਬਾਈ
ਐਡਜਸਟਮੈਂਟ ਸਾਰੀ ਹੋ ਜਾਂਦੀ ਹੈ ਜੀ। ਜੇ ਤੁਸੀਂ ਬੈੱਡ ਜਿੱਦਾਂ ਮਤਲਬ 2 ਫੁੱਟ ਦਾ ਬੈੱਡ ਬਣਾਉਣਾ ਉਹ ਵੀ ਹੋ ਜਾਂਦੀ ਕਿਉਂ ਸਾਰਾ ਇਹਦਾ ਆਪਣਾ ਜੂ ਕਲੰਪ ਲੱਗੇ ਹੋਏ ਨੇ ਉਹ ਤਾਂ ਤੁਸੀਂ ਆਪ ਵੀ ਚੇਂਜ ਕਰ ਸਕਦੇ ਇਹਨਾਂ ਨੂੰ ਇੱਧਰ ਉੱਧਰ ਕਰਕੇ। ਹਾਂਜੀ ਅਤੇ ਇਹਦੇ ਉੱਤੇ ਸਬਸਿਡੀ ਵੀ ਆ? ਸਬਸਿਡੀ ਵੀ ਹੈਗੀ ਹੈ ਜੀ। ਕਿੰਨੀ ਸਬਸਿਡੀ? 40% ਸਬਸਿਡੀ ਹੈ ਜੀ ਪੰਜਾਬ ਸਰਕਾਰ ਵੱਲੋਂ। ਠੀਕ ਹੈ, ਇਹਦੇ 'ਤੇ 40% ਸਬਸਿਡੀ ਆ। ਅਤੇ ਅੱਗੇ ਆ ਗਈ ਜੀ DSR ਮਸ਼ੀਨ। ਹਾਂਜੀ ਇਹ ਹੈਗੀ ਹੈ ਜੀ ਲੱਕੀ ਸੀਡ ਡਰਿੱਲ, ਇਹ ਨਾਲ ਨਾਲ ਸਪਰੇਅ ਵੀ ਕਰਦੀ ਹੈ। ਹਾਂਜੀ ਸਪਰੇਅ ਵੀ ਕਰਦੀ ਹੈ ਜੀ ਕੱਖਾਂ ਵਾਲੀ। ਹਾਂ ਅਤੇ ਜਿਵੇਂ DSR ਦੇ ਵਿੱਚ ਸਭ ਤੋਂ ਵੱਡੀ ਸਮੱਸਿਆ, ਅਤੇ ਬਾਈ ਜਿਵੇਂ ਹੁਣ ਜ਼ਮਾਨਾ ਹੈਗਾ ਚੂੰਡੀਆਂ ਵਾਲੀ ਦਾ। ਹਾਂਜੀ ਉਸ ਤਰੀਕੇ ਨਾਲ ਬੀਜਦੀ? ਹਾਂਜੀ ਚੂੰਡੀਆਂ ਵੀ ਲਾਉਂਦੀ ਹੈ ਜੀ, ਸਟੈਪ ਬਾਈ ਸਟੈਪ ਇਹ ਕਰਦੀ ਹੈ ਜੀ। ਜੀ ਅਤੇ ਸਟੈਪ ਬਾਈ ਸਟੈਪ ਕਰਦੀ, ਕਿਵੇਂ ਕੰਮ ਕਰਦੀ ਹੈ ਥੋੜ੍ਹਾ ਜਿਹਾ ਟੈਕਨੀਕਲੀ ਦੱਸੋ ਇਹਦੇ ਬਾਰੇ? ਇਹਦੇ ਥੱਲੇ ਆਹ ਲੱਗੀ ਹੁੰਦੀ ਹੈ ਜੀ ਪੋਰ। ਇਹਨੇ ਇੱਥੋਂ ਕੰਮ ਕਰਨਾ, ਇਹਨੇ ਖੋਲ੍ਹਣਾ, ਇਹਨੇ ਛੱਡਣਾ ਹੈ ਜੀ। ਠੀਕ ਹੈ ਠੀਕ ਹੈ ਜੀ। ਆਪਣੀ ਜਿਹੜੀ ਹੈਗੀ ਨਾ ਦੂਸਰੀਆਂ ਮਸ਼ੀਨਾਂ ਨਾਲੋਂ ਉਹਨਾਂ ਨਾਲੋਂ ਅਲੱਗ ਹੈਗੀ, ਇਹਦੇ ਵਿੱਚ ਜਿਹੜੇ ਮੂਵਿੰਗ ਪਾਰਟ ਨੇ ਇਹਨਾਂ ਦੀ ਕਸਾਈ ਹੋਣੀ ਹੈ, ਉਹ ਆਪਣਾ ਸਿਰਫ ਇੱਕ ਹੀ ਚੀਜ਼ ਆ ਇੱਥੇ, ਸਿਰਫ ਇੱਕ ਹੀ ਜੁਆਇੰਟ ਆ ਉੱਥੋਂ ਹੀ ਉਹਨੇ ਮੂਵ ਹੋਣਾ, ਹੋਰ ਜ਼ਿਆਦਾ ਕਸਾਈ ਨਹੀਂ ਹੁੰਦੀ ਆਪਣੇ ਦਾ, ਇਹ ਵਾਧਾ ਆ ਬਾਕੀਆਂ ਨਾਲੋਂ। ਠੀਕ ਆ ਵੀ ਇਹਦੀ ਕਸਾਈ, ਅਤੇ ਬਾਕੀ ਇੱਕ ਚੀਜ਼ ਮੈਨੂੰ ਦੇਖਣ ਨੂੰ ਬੜੀ ਕਮਾਲ ਲੱਗੀ ਵੀ ਉਨੀ ਕੀ ਜਗ੍ਹਾ ਛੱਡੀ ਹੋਈ ਆ ਬਿਲਕੁਲ। ਹਾਂਜੀ ਜਿੰਨੇ ਜਿੰਨੀ ਦੇ ਵਿੱਚ ਬੀਜ ਆਪਣਾ ਜਾਣਾ, ਬੀਜ ਰਹਿਣਾ, ਤਾਂ ਕਿ ਬੀਜ ਦੇ ਉੱਤੇ ਦੱਬ ਨਾ ਆਵੇ ਵਾਦਾ। ਬਾਕੀ ਸਾਰਾ ਪ੍ਰੈਸ ਹੋਊਗਾ ਜਿਹਦੇ ਨਾਲ ਵੀ ਜਰਮੀਨੇਸ਼ਨ ਵਗੈਰਾ ਵਧੀਆ ਹੋਊਗੀ ਮਸ਼ੀਨ ਦੀ। ਅਤੇ ਸੀਡ ਦੀ ਐਡਜਸਟਮੈਂਟ ਇੱਥੋਂ ਇਹਦੇ ਵਾਸਤੇ ਜੀ? ਹਾਂਜੀ ਸਪੈਸ਼ਲ ਗੇਅਰ ਅਸੀਂ ਆਪ ਹੀ ਮੈਨੂਫੈਕਚਰ ਕੀਤਾ ਹੋਇਆ ਜੀ, ਇਹ 6 ਸਪੀਡ ਆ ਜੀ। ਠੀਕ ਹੈ, ਅਤੇ ਇਹਦੇ ਨਾਲ ਤੁਸੀਂ ਕਿਲੋ ਕਿਲੋ ਦਾ ਬੀਜ ਤੁਸੀਂ ਗੈਪ ਆਪਣਾ ਕਰ ਸਕਦੇ ਜੇ, 6 ਕਿਲੋ ਤੋਂ ਲੈ ਕੇ ਤੁਸੀਂ ਆਪਣਾ 12 ਕਿਲੋ ਤੀਕਰ ਬੀਜ ਪਾ ਸਕਦੇ ਜੀ। ਠੀਕ ਹੈ, 6 ਕਿਲੋ ਤੋਂ 12 ਇੱਕ ਵਾਰ 'ਚ ਹੋ ਜਾਂਦਾ, ਜੇ ਆਪਾਂ ਇਹਨੂੰ ਵਧਾਉਣਾ ਘਟਾਉਣਾ ਇਹਨੂੰ ਆਪਾਂ 15-20 ਕਿਲੋ ਜਿੱਥੋਂ ਮਰਜ਼ੀ ਲੈ ਜਾਈਏ, ਅਤੇ ਉਹਦੇ ਵਾਸਤੇ ਜੀ ਫਿਰ ਇੱਥੋਂ ਵੀ ਆਪਾਂ ਐਡਜਸਟਮੈਂਟ ਕਿਲੋ ਦੀ ਹੋ ਜਾਂਦੀ ਹੈ ਆਪਣੀ। ਠੀਕ ਹੈ, ਤੁਹਾਨੂੰ ਟੈਂਕ ਨੂੰ ਉੱਪਰ ਥੱਲੇ ਕਰਾਂਗੇ ਨਾ ਜੀ, ਛੇਕ ਦਿੱਤੇ ਹੋਏ ਨੇ ਸਰਾਕ। ਠੀਕ ਹੈ ਵੀ, ਆਪਸ਼ਨ ਸਾਰੇ ਆਪਣੇ ਕੋਲ ਸਾਰੇ ਹੈਗੇ। ਅਤੇ ਅੱਗੇ ਬਾਈ ਜੇ ਗੱਲ ਕਰੀਏ ਆਪਾਂ ਇਹਦੇ DAP ਪੈਣਾ ਅੱਗੇ? ਹਾਂਜੀ DAP ਪੈਂਦਾ ਜੀ। ਅਤੇ ਸੀਡ ਪਿੱਛੇ? ਸੀਡ ਪਿੱਛੇ ਜੀ ਜੀ। ਅਤੇ ਹਾਂਜੀ ਬਹੁਤ ਸੋਹਣੀ ਬਣੀ ਹੋਈ ਆ, ਇੱਥੋਂ ਨਿਯੋਜਨਾਂ ਲੱਗੀਆਂ ਹੋਈਆਂ ਨੇ ਇਹਨੇ ਬੂਮ ਵਾਂਗ ਉੱਪਰੋਂ ਹੀ ਬੂਮ ਵਾਂਗ ਲੱਗੀਆਂ ਹੋਈਆਂ ਜੀ। ਸਪਰੇਅ ਕਰ, ਇਹ ਸਪਰੇਅ ਵਾਸਤੇ ਜੀ ਸਪੈਸ਼ਲ ਨੋਜ਼ਲਾਂ ਨੇ ਜੀ, ਇਹਨਾਂ ਨੂੰ ਫਲੈਟ ਫੈਨ ਨੋਜ਼ਲ ਕਹਿੰਦੇ ਆ ਜੀ। ਇਹ ਸਿਰਾਮਿਕ ਦੀ ਬਣੀ ਹੋਈ, ਜਰਮਨ ਮੇਡ ਆ ਜੀ। ਠੀਕ ਹੈ, ਜਰਮਨ ਦੀ ਬਣੀ ਹੋਈ ਆ। ਹਾਂਜੀ ਉਹ ਨਿਯੋਜਲ ਯੂਜ਼ ਕਰਦੇ ਹਾਂ ਆਪਾਂ। ਅਤੇ ਬਾਕੀ ਆਹ ਕਰਾਰੀਆਂ ਕਿਹੜੇ ਗੇਅਰ ਦੀਆਂ? ਇਹ ਜੀ ਆਪਣਾ ਜਿਹੜਾ ਚੂੰਡੀ ਆ ਨਾ ਜੀ, ਉਹਦਾ ਡਿਸਟੈਂਸ ਵੱਧ ਘੱਟ ਕਰਨ ਵਾਸਤੇ ਲਾਏ ਹੋਏ 3 ਸਟੈਪ। ਠੀਕ ਹੈ ਹਾਂਜੀ, ਇਹ ਮਤਲਬ 7, 8, 9 ਤੁਸੀਂ ਸੈਟਿੰਗ ਕਰਨੀ, 7 ਇੰਚ ਤੇ ਬੀਜਣੀਆਂ, 8 ਇੰਚ ਤੇ ਬੀਜਣੀਆਂ, ਹਾਂਜੀ 9 ਇੰਚ ਤੇ। ਠੀਕ ਹੈ ਵੀ, ਝੋਨੇ ਨੂੰ DSR ਜਿਹੜਾ ਆਉਣ ਵਾਲਾ ਸਮਾਂ ਝੋਨੇ ਦਾ DSR ਦਾ, ਕਿਉਂਕਿ ਪਾਣੀ ਦੀ ਕਮੀ ਬਹੁਤ ਹੋਈ ਜਾਂਦੀ ਹੈ ਅਤੇ DSR ਦੇ ਵਿੱਚ ਬਿਮਾਰੀਆਂ ਵੀ ਨਹੀਂ ਆਉਂਦੀਆਂ, ਉਹਦੇ ਲਈ ਸਪੈਸ਼ਲ ਬੀਜ ਵੀ ਕਾਫੀ ਆ ਗਏ, ਤੇ ਇਹ ਬਹੁਤ ਵਧੀਆ ਮਸ਼ੀਨਰੀ ਸਾਬਤ ਹੋਊਗੀ। ਹਾਂਜੀ, ਤੇ ਇਹਦੇ ਉੱਤੇ ਸਬਸਿਡੀ ਵੀ ਆ? ਇੱਥੇ ਵੀ ਸਬਸਿਡੀ ਹੈ ਜੀ, ਇਹ 50% ਇੱਥੇ ਵੀ ਦਿੰਦੀ ਹੈ ਸਰ ਗੌਰਮੈਂਟ ਜੀ। ਤੇ ਇਹਤੇ ਜੇ ਗੱਲ ਕਰੀਏ ਬਾਈ ਪੈਸਿਆਂ 'ਚ ਤਾਂ ਕਿੰਨੇ ਰੁਪਈਏ ਸਬਸਿਡੀ ਆ ਇਹਦੇ 'ਤੇ? ਭਾਈ 50,000 ਸਬਸਿਡੀ ਅੱਜ ਦੀ ਡੇਟ 'ਚ ਆ ਰਹੀ ਹੈ। ਠੀਕ ਆ, 50,000 ਰੁਪਈਆ ਸਬਸਿਡੀ ਆਪਾਂ ਨੂੰ ਇਹਦੇ 'ਤੇ ਦੇਖਣ ਨੂੰ ਮਿਲ ਜੂਗੀ ਵੀ ਜੇ ਕੋਈ ਵੀ ਲੈਂਦਾ ਤਾਂ 50,000 ਰੁਪਈਆ ਸਿੱਧਮ ਸਿੱਧਾ ਉਹਦੇ ਵਿੱਚੋਂ ਲੈਸ ਹੋ ਜੂਗਾ। ਹਾਂਜੀ, ਅਤੇ ਸਾਡਾ ਮੈਂ ਇੱਕ ਹੋਰ ਦੱਸਣਾ ਚਾਹੁੰਦਾ ਵੀ ਜਿਹੜਾ ਬੀ ਕੇਅਰ ਵਾਲਾ ਸਿਸਟਮ ਆ ਇਹਦੇ ਵਿੱਚ ਉਹ ਲੱਗਾ ਹੋਇਆ ਜੀ ਕਾਸਟਿੰਗ ਦਾ। ਆਮ ਜਿਹੜਾ ਚੱਲਦਾ ਨਾ ਜੀ ਉਹ ਚੱਲਦਾ ਅਲਮੀਨੀਅਮ ਦਾ ਲਾ ਦਿੰਦੇ ਨੇ ਜੀ, ਉਹ 1-2 ਸੀਜ਼ਨ ਹੀ ਚੱਲਦਾ, ਉਸ ਤੋਂ ਬਾਅਦ ਜਿਹੜਾ ਨਾ ਉਹਦੇ ਥੱਲੇ ਕਸਾਈ ਹੋ ਜਾਂਦੀ ਆ, ਸੀਡ ਜਿਹੜਾ ਪਲੇਟ ਦੇ ਥੱਲੇ ਜਾਣ ਲੱਗ ਪੈਂਦਾ ਜੀ। ਠੀਕ ਹੈ, ਉਹ ਫਿਰ ਕੀ ਹੁੰਦਾ ਸੀਡ ਟੁੱਟਣ ਲੱਗ ਪੈਂਦਾ ਆਪਣੇ, ਉਹ ਸਮੱਸਿਆ ਨਹੀਂ, ਦਾਣਾ ਨਹੀਂ ਤੋੜਦੀ, ਦਾਣਾ ਨਹੀਂ ਤੋੜਦੀ ਜੀ। ਅਤੇ ਬਾਕੀ ਇੱਕ ਚੀਜ਼ ਹੈ ਵੀ ਜਿਹੜੀਆਂ ਲੱਕੀ ਸੀਡ ਡਰਿੱਲਾਂ ਹੁੰਦੀਆਂ ਨੇ ਉਹ ਚੂੰਡੀਆਂ ਨਾਲ ਨਹੀਂ ਲਾਉਂਦੀਆਂ? ਨਹੀਂ, ਚੂੰਡੀਆਂ ਨਾਲ ਲਾਉਂਦੀਆਂ ਜੀ, ਸਾਡੀ ਲਾਉਂਦੀ ਆ ਜੀ। ਹਾਂ ਇਹ ਲਾਉਂਦੀ ਆ, ਜਿਹੜੀਆਂ ਨੋਰਮਲ ਨੇ ਜੇ ਤੁਹਾਨੂੰ ਇੱਕੋ ਹੀ ਆਪਸ਼ਨ ਮਿਲੂਗੀ, ਜਾਂ ਤਾਂ ਚੂੰਡੀਆਂ ਵਾਲੀ ਮਸ਼ੀਨ ਮਿਲ ਜੂ, ਉਹ ਤੇ ਸਪਰੇਅ ਵਾਲਾ ਸਿਸਟਮ ਨਹੀਂ ਹੋਣਾ। ਹਾਂਜੀ, ਜਾਂ ਫਿਰ ਜੇ ਇਹ ਜੇ ਸਪਰੇਅ ਵਾਲੀ ਲਿਆਉਂਗੇ ਫਿਰ ਉਹ ਸਿੰਪਲ ਬੀਜੂਗੀ, ਇਹ ਚੂੰਡੀਆਂ ਨਾਲ ਲਾਊਗੀ ਉਸੇ ਤਰ੍ਹਾਂ ਜਿਹੜੀ ਚੀਜ਼ ਦੀ ਅੱਜ ਕੱਲ੍ਹ ਡਿਮਾਂਡ ਹੈ, ਅੱਜ ਕੱਲ੍ਹ ਚੱਲ ਰਹੀ ਆ। ਅਤੇ ਇਹ ਬਾਈ ਫੁੱਲੀ ਆਟੋਮੈਟਿਕ ਪਟਾਟੋ ਪਲਾਂਟਰ? ਹਾਂਜੀ ਇਹ ਫੁੱਲੀ ਆਟੋਮੈਟਿਕ ਹੈ ਜੀ ਜੀ। ਇਹ ਤੁਸੀਂ ਦੇਖ ਸਕਦੇ ਹੋ ਮਸ਼ੀਨ ਦੇਖਣ ਦੇ ਵਿੱਚ ਹੀ ਕਾਫੀ ਵਧੀਆ ਲੱਗ ਰਹੀ ਆ,
ਤੇ ਇਹਦੇ ਬਾਰੇ ਥੋੜਾ ਜਿਹਾ ਟੈਕਨੀਕਲੀ ਦੱਸੋਗੇ? ਇਹ ਭਾਜੀ ਚਾਰ ਰੋ ਆ, ਉਸੇ ਜਿੱਦਾਂ ਆਪਾਂ ਪਹਿਲਾਂ ਦੇਖਿਆ ਨਾ ਦੋ ਰੋ ਵਾਲਾ ਜੀ, ਇਹ ਉਸੇ ਦੇ ਵਿੱਚ ਚਾਰ ਰੋ ਆ। ਇਹ ਕਿੰਨੇ ਐਚਪੀ ਟਰੈਕਟਰ? ਇਹ ਵੀ 4x4 ਚਲਾਊਗਾ ਜੀ, ਇਹਨੂੰ ਵੱਡਾ ਟਰੈਕਟਰ। ਠੀਕ ਆ, ਵੀ 4-wheel ਡਰਾਈਵ ਹੋਵੇ? 4-wheel ਡਰਾਈਵ, 55-60 ਐਚਪੀ। ਹਾਂਜੀ ਹਾਂਜੀ, ਠੀਕ ਆ, 4-wheel ਡਰਾਈਵ ਚਲਾਊਗਾ ਇਹਨੂੰ। ਤੇ ਇਹਦੇ ਵਿੱਚ ਵੀ ਕੋਈ ਲੇਬਰ ਦੀ ਕੋਈ ਲੋੜ ਨਹੀਂ? ਕੋਈ ਲੋੜ ਨਹੀਂ, ਜਿਵੇਂ ਇੱਥੋਂ ਆਲੂ ਨੇ ਪੈਣਾ ਤੇ ਆ ਬੈਲਟਾਂ ਦੇ ਉੱਪਰ ਦੀ ਚੱਲੀ ਜਾਣਾ, ਕੱਲਾ ਕੱਲਾ ਇਹਨੇ ਪੀਸ ਚੱਕ ਕੇ ਹਾਂਜੀ ਉਹਦੀ ਸੂਈਂਗ ਹੈ ਜਿਹੜੀ ਕਰੀ ਜਾਣੀ ਹੈ ਜੀ। ਠੀਕ ਹੈ, ਅਤੇ ਇਹਦੇ ਵਿੱਚ ਕੁਛ ਵੱਖਰਾ ਕੀ ਕੀਤਾ ਆਪਾਂ ਹੋਰਾਂ ਨੇ? ਵੱਖਰਾ ਜੀ ਤੁਹਾਨੂੰ ਜਿੱਦਾਂ ਉਹਦਾ ਦੱਸਿਆ ਸੀ ਉਹੀ ਕੁਝ ਆਪਾਂ ਸਾਰਾ ਮਟੀਰੀਅਲ ਇਹਦੇ ਵਿੱਚ ਲਾਇਆ। ਠੀਕ ਹੈ, ਵੀ ਇਹਦੇ ਵੀ ਸਟੀਲ ਦੇ? ਹਾਂ ਸਟੀਲ ਦੇ ਆ ਜੀ ਬੂਟ, ਥੱਲੋਂ ਬੂਟ। ਹਾਂਜੀ, ਵੀ ਜਿਹਦੇ ਕਰਕੇ ਇਹਦੀ ਕਸਾਈ ਵਗੈਰਾ ਬਹੁਤ ਘੱਟ ਹੋਊਗੀ ਅਤੇ ਵਧੀਆ ਮਾਰਕੀਟ ਦੇ ਵਿੱਚ। ਹਾਂਜੀ, ਲੰਮਾ ਸਮਾਂ ਵੀ ਚੱਲੇਗਾ ਨਾ, ਸੀਜ਼ਨ ਦੇ ਦੌਰਾਨ ਚੇਂਜ ਕਰਨ ਦੀ ਜ਼ਰੂਰਤ ਨਹੀਂ ਪਊਗੀ। ਠੀਕ ਹੈ, ਵੀ ਇੱਕ ਸੀਜ਼ਨ ਪੂਰਾ ਕੰਪਲੀਟ ਲਾਊਗਾ। ਹਾਂਜੀ, ਠੀਕ। ਅਤੇ ਇਹ ਬਾਈ ਮਲਟੀ ਕ੍ਰੋਪ ਬੈੱਡ ਪਲਾਂਟਰ, ਇਹਦਾ ਉਹਦੇ ਨਾਲੋਂ ਕੀ ਫਰਕ ਹੈ? ਇਹਦੇ ਵਿੱਚ ਜੀ ਆਪਾਂ ਜਿੱਦਾਂ ਮੱਕੀ ਵਾਲਾ ਸਿਸਟਮ ਨਹੀਂ ਲੱਗਾ ਹੋਇਆ, ਇਹਦੇ ਵਿੱਚ ਬਸ ਮਟਰ ਭਿੰਡੀ ਵਗੈਰਾ ਹੀ ਬੀਜ ਸਕਦੇ ਹਾਂ। ਇਹ 'ਚ ਡਿਸਕਾਂ ਨਹੀਂ ਚੇਂਜ ਹੋਣੀਆਂ, ਬਸ ਜੋ ਫਿੱਟ ਹੈ ਇਹਦੇ ਵਿੱਚ ਇਹੋ ਹੀ ਆਪਣਾ ਬੀਜ ਸਕਦੇ। ਠੀਕ ਹੈ, ਉਹਦੇ ਵਿੱਚ ਆਪਸ਼ਨ ਜ਼ਿਆਦਾ? ਉਹਦੇ ਵਿੱਚ ਆਪਸ਼ਨ ਜ਼ਿਆਦਾ, ਉਹ 3 ਟੈਂਕ ਹੈ ਜੀ, ਇਹਦੇ 2 ਟੈਂਕ ਆ ਜੀ। ਅਤੇ ਇਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਤਾਂ ਇਹ ਬਟਾਂ ਵਾਲਾ ਜਿੰਦਰਾਜ ਆ। ਹਾਂਜੀ, ਅਤੇ ਇਹਦੀ ਐਡਜਸਟਮੈਂਟ ਇੱਥੋਂ ਹੋਣੀ ਆ ਬਟ ਚੌੜੀ? ਹਾਂਜੀ, ਇਸ ਤੋਂ ਹੀ ਹੋਣੀ ਆ ਜੀ, ਇਹਨੂੰ ਆਪਾਂ ਢਿੱਲਾ ਕਰਾਂਗੇ ਇੱਥੋਂ। ਠੀਕ ਆ, ਕੇ ਆਪਾਂ ਵੱਧ ਘੱਟ ਕਰ ਸਕਦੇ ਹਾਂ, ਐਂਗਲ ਵੀ ਇੱਥੋਂ ਹੀ ਚੇਂਜ ਹੋ ਸਕਦਾ ਤਵੀ ਦਾ। ਅਤੇ ਇਹ ਮਤਲਬ ਵੀ ਜਦੋਂ ਹੁਣ ਤਾਂ ਇਹ ਥੱਲੇ ਖੜਾ ਤਵੀਆਂ ਦੇ ਸਾਰੀ, ਵੀ ਜਦੋਂ ਲਿਫਟ ਚੱਕਦੀ ਇੱਥੋਂ ਈਜ਼ੀਲੀ ਘੁੰਮ ਜਾਣਾ? ਹਾਂਜੀ, ਈਜ਼ੀਲੀ। ਠੀਕ ਹੈ, ਵੀ ਇਹਨੂੰ ਕਿੰਨਾ ਮਰਜ਼ੀ ਭੀੜਾ ਕਰ ਲਈਏ? ਹਾਂਜੀ, ਕਿੰਨਾ ਮਰਜ਼ੀ ਟਾਈਟ ਕਰ ਲਓ ਜੀ। ਵੱਟ ਬਣਾਉਣੀ ਆ, ਖਾਲਾ ਵਗੈਰਾ ਬਣਾਉਣਾ? ਹਾਂ, ਖਾਲ ਛਿੱਲਣੀ ਇੱਕ ਬੰਨਿਓ ਘੁਮਾ ਕੇ, ਉਹ ਵੀ ਕਰ ਸਕਦੇ ਜੀ ਨਾਲ ਹੀ। ਠੀਕ ਹੈ, ਵੀ ਇਸ ਤਰ੍ਹਾਂ ਵੀ ਇਹ ਰੋਟੇਟ? ਹਾਂ, ਰੋਟੇਟ ਹੋ ਜੂਗਾ। ਠੀਕ ਹੈ, ਵੀ ਜੇ ਖਾਲ ਛਿੱਲਣੀ ਆ, ਹਾਂਜੀ, ਜਿਵੇਂ ਆਪਾਂ ਬਟ ਘੜਨੀ ਕਹਿ ਦਿੰਦੇ ਹਾਂ, ਹਾਂਜੀ ਹਾਂਜੀ, ਉਹ ਸਿਸਟਮ ਵੀ ਕਰੂਗਾ ਇਹ ਜੀ। ਆਲੂ ਬੀਜਣ ਦੇ ਲਈ ਮੈਨੂਅਲ ਮਸ਼ੀਨ? ਹਾਂਜੀ, ਅਤੇ ਇਹਦਾ ਬਾਈ ਜਿਵੇਂ ਫਰਕ ਹੈਗਾ ਮੈਨੂਅਲ, ਹੈ ਨਾ, ਇਹਦੀ ਵੀ ਡਿਮਾਂਡ ਹੈਗੀ ਆ ਮਾਰਕੀਟ ਦੇ ਵਿੱਚ? ਇਹਦੀ ਵੀ ਹੈਗੀ ਹੈ ਜੀ ਜੀ। ਇਹਦਾ ਕਿਉਂਕਿ ਥੋੜ੍ਹਾ ਵੇਟ ਉਹਦੇ ਨਾਲੋਂ ਘੱਟ ਹੁੰਦਾ ਨਾ ਜੀ, ਇਸ ਕਰਕੇ ਇਹਦੀ ਵੀ ਡਿਮਾਂਡ ਮਾਰਕੀਟ। ਇਹ ਵੀ ਛੋਟੇ ਟਰੈਕਟਰ 'ਤੇ ਚੱਲ ਪੈਂਦੀ? ਹਾਂ, ਛੋਟੇ 'ਤੇ ਚੱਲ ਪੈਂਦੀ ਹੈ ਜੀ। ਇਹ ਵੀ 4-row ਆ, ਉਹ ਵੀ ਜਿੱਦਾਂ 4-row ਤੁਹਾਨੂੰ ਦਿਖਾਇਆ ਸੀ, ਇਹ ਘੱਟ ਆ, ਛੋਟੇ ਟਰੈਕਟਰ 'ਤੇ ਇਹਨੂੰ ਚੱਲ ਪੈਂਦਾ, ਛੋਟੇ ਟਰੈਕਟਰ 'ਤੇ ਚੱਲ ਪੈਂਦੀ ਆ। ਅੱਗੇ ਪੈਣਾ DAP, ਹਾਂਜੀ, ਅਤੇ ਇੱਥੇ ਪੈ ਜਾਣਾ ਆਲੂ। ਆਲੂ ਪੈ, ਅਤੇ ਇੱਥੇ ਜਦੋਂ ਆਲੂ ਪਾਤਾ, ਆਲੂ ਨੇ ਚੱਲ ਕੇ ਇਸ ਟਰੇ ਦੇ ਵਿੱਚ ਆ ਜਾਣਾ। ਹਾਂਜੀ, ਅਤੇ ਇੱਥੇ ਬਾਈ ਬੰਦੇ ਬੈਠਣਗੇ? ਇੱਥੇ ਬੰਦੇ ਬੈਠਣਗੇ ਜੀ, ਚਾਰ ਆਪਣੇ ਜਿਹੜੀ, ਚਾਰਾਂ ਨੂੰ ਕੁਰਸੀਆਂ ਲੱਗੀਆਂ ਹੋਈਆਂ ਨੇ ਅਲੱਗ ਅਲੱਗ, 4 ਬੰਦੇ ਬਹਿਣਗੇ। ਉਹ ਬੰਦੇ ਨੇ ਕੁਛ ਨਹੀਂ ਕਰਨਾ, ਬਸ ਆਲੂ ਚੱਕਣਾ ਅਤੇ ਇਹਦੇ ਵਿੱਚ ਰੱਖਣਾ, ਚੱਕਣਾ ਅਤੇ ਰੱਖਣਾ। ਹਾਂਜੀ, ਬਸ ਇੰਨਾ ਕੰਮ ਕਰਨਾ ਅਤੇ ਇਹਨੇ ਆਲੂ ਬੀਜੀ ਜਾਣੇ ਆ। ਅਤੇ ਬਾਈ ਇਹਦੇ ਵਿੱਚ ਆਪਾਂ ਕੀ, ਇਹਦੇ ਵੀ ਬੂਟ ਸਟੀਲ ਦੇ? ਇਹਦੇ ਵੀ ਸਟੀਲ ਦੇ ਆ ਜੀ ਜੀ, ਸੇਮ ਆਪਣੀ ਡਾਈ ਜੋ ਉੱਥੇ ਵਰਤੀ ਆ, ਉਹ ਇੱਥੇ ਜਿਹੜੇ ਪੋਠੇ ਆ ਨਾ ਜੀ, ਉਹ ਮਤਲਬ ਐਂ ਪੂਰੇ ਚੋਪੜ ਕੇ ਬਣਾਉਂਗੀ ਜੀ, ਆਪਣੀ ਗਰੰਟੀ ਆ ਜੀ। ਠੀਕ ਆ, ਵੀ ਬੈੱਡਾਂ ਦੇ ਵਿੱਚ ਕੋਈ ਦਿੱਕਤ ਨਹੀਂ? ਕੋਈ ਦਿੱਕਤ ਨਹੀਂ ਜੀ, ਵੀ ਬੈੱਡ 1 ਨੰਬਰ ਬਾਈ ਕਹਿੰਦਾ, ਬੈੱਡਾਂ ਦੀ ਫਿਨਿਸ਼ਿੰਗ ਦੀ ਗਰੰਟੀ ਆ, ਵੀ ਪੂਰੇ ਚੋਪੜ ਚੋਪੜ ਤਾਂ ਕਈ ਜਾਂਦਾ ਹੁੰਦਾ, ਬੈਲੈਂਸ ਨਹੀਂ ਬਣਦਾ ਹੁੰਦਾ ਮਾੜਾ ਜਿਹਾ, ਆਪਣਾ ਪੂਰੀ ਅਲਾਈਨਮੈਂਟ ਜਿਹੜੀ ਆ ਉਹ ਪੂਰੀ ਸਹੀ ਹੁੰਦੀ ਆ ਜੀ, ਸ਼ੁੱਧ ਜਿਹਨੂੰ ਆਪਾਂ ਕਹਿ ਦਿੰਦੇ ਨਾ ਸੰਦ, ਉਹ ਚੀਜ਼ ਆ ਜੀ। ਨਹੀਂ ਤਾਂ ਆਮ ਕੀ ਹੋ ਜਾਂਦਾ, ਇੱਕ ਬੰਨਾ ਨੀਵਾਂ ਚਲ ਜਾਂਦਾ, ਇੱਕ ਉੱਚਾ ਆ ਜਾਂਦਾ, ਫਿਰ ਬੈੱਡ ਵਧੀਆ ਬਣਦੇ ਨਹੀਂ। ਬਿਲਕੁਲ, ਠੀਕ ਹੈ। ਅਤੇ ਇਹ ਬਾਈ DAP ਦੀ ਐਡਜਸਟਮੈਂਟ ਹੋਊਗੀ? ਹਾਂਜੀ, ਅਤੇ DAP ਦਾ ਉੱਪਰ ਹੀ ਇਹਦੇ ਮਤਲਬ ਆਪਾਂ ਲਿਖਿਆ ਹੋਇਆ ਵੀ ਕਿੰਨੇ ਕਿਲੋ ਪੈਣੀ ਆ, ਵੀ ਆਪਾਂ ਕਹਿ ਰਹੇ 10 ਕਿਲੋ ਤੋਂ ਲੈ ਕੇ 5 ਕਿਲੋ ਤੋਂ 130, 1 ਕੁਇੰਟਲ 30 ਕਿਲੋ ਤੱਕ, ਹਾਂਜੀ, ਜਿੰਨੀ ਮਰਜ਼ੀ ਆਪਾਂ DAP ਪਾ ਲਈ। ਹਾਂਜੀ, ਅਤੇ ਬਾਕੀ ਜਿਹੜੇ ਜਿਹੜੇ ਸੰਦਾਂ 'ਤੇ ਸਬਸਿਡੀ ਆ, ਉਹ ਸਾਰੇ ਸੰਦਾਂ 'ਤੇ ਤੁਹਾਨੂੰ ਸਬਸਿਡੀ ਦੇਖਣ ਨੂੰ ਮਿਲ ਜੂਗੀ ਇਹਨਾਂ ਕੋਲ। ਅਤੇ ਹਰੇਕ ਚੀਜ਼ ਦਾ ਕੁਆਲਿਟੀ ਹੈ ਜਿਹੜੀ ਤੁਹਾਨੂੰ 1 ਨੰਬਰ ਦੇਖਣ ਨੂੰ ਮਿਲੂਗੀ, ਕੁਆਲਿਟੀ ਦੇ ਵਿੱਚ ਬਾਈ ਹੋਰਾਂ ਨੇ ਕੋਈ ਕੰਪਰੋਮਾਈਜ਼ ਨਹੀਂ ਕੀਤਾ। ਅਤੇ ਬਾਕੀ ਬਾਈ ਆਪਣੀ ਜੇ ਗੱਲ ਕਰੀਏ ਇੰਪਲੀਮੈਂਟਾਂ ਦੀ, ਗਰੰਟੀ ਵਰੰਟੀ 1 ਸਾਲ ਦੀ ਹੈ ਜੀ? 1 ਸਾਲ ਦੀ ਹਰੇਕ ਚੀਜ਼? ਹਾਂਜੀ, 1 ਸਾਲ ਦੀ ਹਰੇਕ ਚੀਜ਼ ਦੀ ਫੁੱਲ ਜ਼ਿੰਮੇਵਾਰੀ ਸਰਵਿਸ?
ਹਾਂਜੀ ਸਰਵਿਸ ਵੀ ਸਾਨੂੰ ਫੋਨ ਕਰੋ ਜੀ, ਆਪਣੇ ਹੈਲਪਲਾਈਨ ਨੰਬਰ ਦੇ ਉੱਤੇ ਲਿਖੇ ਹੋਏ ਨੇ, ਕੰਟੈਕਟ ਕਰੋ, ਤੁਹਾਡੀ ਗੱਡੀ ਉੱਥੇ ਹੋਏ। ਠੀਕ ਹੈ ਵੀ, ਤੁਸੀਂ ਫੋਨ ਕਰਨਾ, ਗੱਡੀ ਤੁਹਾਡੇ ਖੇਤ ਜਿੱਥੇ ਚੱਲੀ ਜਾਂਦਾ ਉੱਥੇ ਗੱਡੀ ਪਹੁੰਚੂਗੀ, ਅਤੇ ਇੱਕ ਸਾਲ ਦੇ ਵਿੱਚ ਜੇ ਕੁਝ ਵੀ ਹੁੰਦਾ ਤਾਂ ਬਾਈ ਹੋਣੀ ਜ਼ਿੰਮੇਵਾਰ ਬੈਠੇ ਨੇ। ਅਤੇ ਥਿੰਦ ਮਕੈਨੀਕਲ ਵਰਕਸ ਕਿਹੜਾ ਪਿੰਡ ਹੈ ਬਾਈ? ਵਡਾਲਾ ਜੌਲ ਪਿੰਡ ਹੈ ਜੀ। ਵਡਾਲਾ ਜੌਲ ਪਿੰਡ ਅੰਮ੍ਰਿਤਸਰ? ਹਾਂਜੀ ਅੰਮ੍ਰਿਤਸਰ, ਅੰਮ੍ਰਿਤਸਰੀ ਜ਼ਿਲ੍ਹਾ ਪੈ ਜਾਂਦਾ ਇਹਨਾਂ ਨੂੰ। ਅਤੇ ਇੱਥੇ ਬਾਈ ਹੋਰਾਂ ਦੀ ਫੈਕਟਰੀ ਹੈ, ਜੇ ਕਿਸੇ ਨੇ ਬਣਦਾ ਦੇਖਣਾ ਜਾਂ ਕੁਆਲਿਟੀ ਵਗੈਰਾ ਚੈੱਕ ਕਰਨੀ ਹੈ ਤਾਂ ਇੱਥੇ ਆ ਕੇ ਤੁਸੀਂ ਦੇਖ ਸਕਦੇ ਹੋ। ਬਾਈ ਉਹਨਾਂ ਦੇ ਹਲ ਵੀ ਆਉਂਦੇ ਨੇ। ਅਤੇ ਬਾਈ ਇਹ ਕਿਹੜੀ ਮਿੱਟੀ 'ਚ ਚੱਲਣ ਵਾਲੇ ਨੇ ਇਹ? ਹਾਂਜੀ ਇਹ ਪੰਜਾਬ ਦੀ ਮਿੱਟੀ 'ਚ ਚੱਲਣ ਲਈ ਨੇ, ਪੰਜਾਬ ਦੀ ਜੀ। ਠੀਕ ਹੈ, ਅਤੇ ਸਪਰਿੰਗ ਵਾਲਾ ਮਾਡਲ ਆ ਗਿਆ ਵੀ, ਮਤਲਬ ਲੋਡ ਵਗੈਰਾ ਦੀ ਉਹ ਹੋ ਜਾਂਦੀ ਆ। ਹਾਂ ਇਹ ਕਿਉਂ ਸਾਡੇ ਇਲਾਕਾ ਜਿਹੜਾ ਇੱਧਰ ਅੰਮ੍ਰਿਤਸਰ ਵਾਲਾ ਨਾ ਜੀ, ਇਹਦੇ ਵਿੱਚ ਜ਼ਿਆਦਾ ਇਹੋ ਹੀ ਚੱਲਦੀਆਂ। ਠੀਕ ਹੈ, ਮਿੱਟੀ ਦੇ ਹਿਸਾਬ ਨਾਲ ਸਿੱਧੇ ਵੀ ਬਣਾਈਦੇ ਪਰ ਜ਼ਿਆਦਾਤਰ ਇਹ ਬਣਾਈਦੇ। ਠੀਕ ਹੈ, ਅੰਮ੍ਰਿਤਸਰ ਇਲਾਕੇ ਦੇ ਵਿੱਚ ਜ਼ਿਆਦਾਤਰ ਇਹੀ ਚੱਲਦੇ। ਹਾਂ ਜੀ ਜੀ, ਅਤੇ ਇਸ ਤੋਂ ਮਾਝਾ ਕਹਿ ਸਕਦੇ ਜੀ, ਮਾਝੇ ਦੇ ਵਿੱਚ, ਹਾਂ ਮਾਝੇ ਏਰੀਏ ਦੇ ਵਿੱਚ ਇੱਦਾਂ ਦੇ ਹਾਲ ਚੱਲਦੇ ਆ। ਅਤੇ ਬਾਕੀ ਰੋਟਾਵੀਟਰ ਵੀ ਆਉਂਦਾ ਹੈ ਨਾ ਬਾਈ? ਹਾਂ ਜੀ ਰੋਟਾਵੀਟਰ ਵੀ ਆਉਂਦਾ। ਅਤੇ ਬਾਈ ਹੈਪੀ ਸੀਡਰ ਦੇ ਵਿੱਚ ਕੀ ਕੁਝ ਖਾਸ ਹੈ? ਹੈਪੀ ਸੀਡਰ ਜੀ ਆਪਣੇ ਦੇ ਵਿੱਚ ਨਾ ਅਸੀਂ ਕਾਰਡ ਕੱਢੀ ਸੀ, ਮਤਲਬ 4 ਸਟ੍ਰੋਕ, ਉਹ ਕਿਸੇ ਨੇ ਬਣਾਇਆ ਨਹੀਂ ਅੱਜ ਤੱਕ। 4 ਸਟ੍ਰੋਕ ਦਾ ਕੀ ਮਤਲਬ? ਉਹਦੇ ਵਿੱਚ ਨਾ ਜੀ ਜਿੱਦਾਂ ਹੁਣ ਤੁਸੀਂ ਇੱਥੇ, ਹਾਂ 4 ਸਟ੍ਰੋਕ ਦਾ ਹੁੰਦਾ, ਜਿਹੜੀਆਂ ਥੱਲੇ ਫਲੇਲਾਂ ਘੁੰਮਦੀਆਂ ਨਾ ਜੀ, ਉਹਦੀ 1 ਰੋਅ ਜ਼ਿਆਦਾ ਹੁੰਦੀ ਆ ਆਮ ਨਾਲੋਂ। ਠੀਕ ਹੈ, ਉਹ ਕੀ ਕਰਦੀ ਆ ਜਿੱਦਾਂ ਆਪਣੀ ਪਰਾਲੀ ਜਿਹੜੀ ਉੱਤੇ ਖੜੇ ਵੀ ਰਹਿ ਜਾਂਦੇ ਨਾ ਬੁੱਥੇ, ਉਹ ਵੀ ਉਹਨੂੰ ਚੂਰਾ ਕਰਕੇ ਲੰਘ ਜਾਂਦੀ ਆ, ਮਤਲਬ ਉਹ ਖੜੇ ਨਹੀਂ ਦਿਖਣਗੇ ਤੁਹਾਨੂੰ। ਠੀਕ ਹੈ, ਜਿਵੇਂ ਹੈਪੀ ਸੀਡਰ ਦੇ ਵਿੱਚ ਖਰਚੇ ਖੜੇ ਦਿੰਦੇ ਨੇ। ਹਾਂਜੀ, ਵੀ ਜੇ ਕੋਈ ਤੁਹਾਡੇ ਵਾਲਾ ਹੈਪੀ ਸੀਡਰ ਲਊਗਾ, ਹਾਂਜੀ ਤਾਂ ਉਹਦੇ ਵਿੱਚ ਉਹ ਖਰਚੇ ਉਹ ਨਹੀਂ ਦਿਖਣਗੇ ਜੀ। ਜੀ, ਅਤੇ ਇੱਕ ਹੋਰ ਹੈ ਜੀ ਆਪਣੇ 7:30 'ਤੇ ਵੀ ਬਣਦੇ ਆ, 7:30 'ਤੇ ਰੋ ਟੂ ਰੋ ਜਿਹੜੀ ਡਿਸਟੈਂਸ ਹੈ ਨਾ ਜੀ। ਠੀਕ ਹੈ, ਉਹ ਵੀ ਆਪਣੇ ਚੱਲਦੇ ਆ ਜੀ, ਵੀ 7.5-7 ਇੰਚ 'ਤੇ ਵੀ ਹੋ ਜਾਂਦਾ। ਹਾਂ, ਆਮ ਜਿਹੜਾ 9 ਇੰਚ 'ਤੇ ਚੱਲਦਾ ਜੀ, ਉਸ ਤੋਂ ਥੱਲੇ ਜੇ ਲਿਆਉਂਦੇ ਆ ਅਤੇ ਆਮ ਬਾਅਦ ਵਿੱਚ ਉਹ ਕਿਸੇ ਦਾ ਲੋਡ ਵਧਣ ਕਰਕੇ ਜਾਂ ਦੂਜੇ ਤੀਜੀ ਪ੍ਰੋਬਲਮ ਆਉਂਦੀ, ਆਪਣੇ ਉਹ ਚੀਜ਼ ਨਹੀਂ ਹੈਗੀ, ਆਪਣੇ ਪੂਰੇ ਕਾਮਯਾਬ ਨੇ। ਜਿੱਗੇ ਹਾਈਡ੍ਰੋਲਿਕ ਹੈਰੋ ਤੁਸੀਂ ਦੇਖ ਸਕਦੇ ਹੋ ਬਾਈ, ਉਹਨਾਂ ਦੀਆਂ ਬਹੁਤ ਜ਼ਬਰਦਸਤ ਬਣੀਆਂ ਹੋਈਆਂ ਨੇ ਇਹ। ਰੇਟ ਨਾ ਹੀ ਪੁੱਛੋ। ਅਤੇ ਬਾਈ ਇਹ ਕਿੰਨਾ ਸਾਈਜ਼ ਆ ਗਿਆ ਇਹਨਾਂ ਦਾ? ਇਹ 22 ਹੈ ਜੀ, 22 ਡਿਸਕਾਂ ਵਾਲੀਆਂ ਨੇ। ਤੁਸੀਂ ਹੈਰੋ ਦੇਖੋ, ਕਿੰਨੇ ਐਚ ਪੀ ਟਰੈਕਟਰ 'ਤੇ ਰਿਕਮੈਂਡ ਕਰਦੇ ਇਹਨੂੰ? ਅਸੀਂ ਜੀ ਘੱਟੋ ਘੱਟ 55, ਘੱਟੋ ਘੱਟ 55 ਐਚ ਪੀ ਦਾ ਟਰੈਕਟਰ ਚਾਹੀਦਾ। ਹਾਈਡ੍ਰੋਲਿਕ ਹੈਰੋ ਨੇ, ਤੁਸੀਂ ਦੇਖ ਸਕਦੇ ਬਹੁਤ ਜ਼ਬਰਦਸਤ ਨੇ। ਡਿਸਕ ਦੀ ਕੁਆਲਿਟੀ, ਡਿਸਕ ਦੇਖੋ ਕਿੰਨੀ ਜ਼ਿਆਦਾ ਵੱਡੀ ਹੈ। ਇਹਦੇ ਵਿੱਚ ਬਾਈ ਕੀ ਆਪਾਂ ਡਿਫਰੈਂਸ ਕੀਤਾ ਹੋਰਾਂ ਨਾਲ? ਆਪਣਾ ਜੀ ਜਿਹੜਾ ਸੁਪਰ ਸੀਡਰ ਆ ਨਾ ਜੀ, ਇਹਦੇ ਪਿਛਲੇ ਬੰਨੇ ਜਿਹੜਾ ਆਪਣੇ ਪਾਈਪਾਂ ਜਾਂਦੀਆਂ ਨੇ ਜੀ, ਤੁਹਾਨੂੰ ਦਿਖਾਉਣਾ ਜੀ। ਹਾਂਜੀ, ਇਹ ਪਾਈਪਾਂ ਪੋਰਾਂ ਨੂੰ, ਹਾਂ ਇਹ ਜਿਹੜੀਆਂ ਆਪਣੀਆਂ ਐਂਗਲ 'ਤੇ ਸੈੱਟ ਨੇ। ਠੀਕ ਆਮ ਕੀ ਹੁੰਦਾ, ਜਿਹੜੀ ਪੋਰ ਆ ਸਿੱਧੀ ਹੁੰਦੀ ਆ, ਉਸ ਤੋਂ ਬਾਅਦ ਟੇਪਰ ਕੀਤੀ ਹੁੰਦੀ, ਉਹ ਜਦੋਂ ਵਾਈਬ੍ਰੇਟ ਹੁੰਦਾ ਕਿਉਂਕਿ ਰੋਟਾਵੀਟਰ ਦੇ ਉੱਤੇ ਬਣਿਆ ਨਾ ਬੇਸ 'ਤੇ, ਵਾਈਬ੍ਰੇਸ਼ਨ ਹੋਣੀ ਔਰ ਪਾਈਪ ਵਿੱਚੋਂ ਆਪਣੇ ਆਪ ਨਿਕਲ ਜਾਂਦੀ ਹੈ, ਜਾਂ ਤਾਂ ਉਹਨੂੰ ਫਿਰ ਕੁਛ ਕਲੰਪ ਵਗੈਰਾ ਕਰਕੇ ਟਾਈਟ ਕਰਦੇ ਨੇ ਜਾਂ ਉੱਦਾਂ, ਆਪਣੇ ਉਹ ਦਿੱਕਤ ਨਹੀਂ ਹੈਗੀ। ਸਟੇਨਲੈਸ ਸਟੀਲ ਦੀਆਂ ਪਲੇਟਾਂ ਲੱਗੀਆਂ ਨੇ ਆੜੀਆਂ ਜੀ, ਜਿਹੜੀਆਂ ਘੁੰਮਦੀਆਂ ਨੇ ਨਾਲ ਮਗਰ ਸੀਡ ਕੇਰਦੀਆਂ। ਠੀਕ ਹੈ, ਅਤੇ ਇੱਕ ਤਾਂ ਇਹ ਪੈਪ, ਇਹਦੇ ਨਾਲ ਹੋਰ ਵੀ ਫਾਇਦਾ ਹੋ ਗਿਆ ਵੀ ਪੈਪ ਜਿਹੜੇ ਪੋਰਾਂ ਨੂੰ ਜਮ੍ਹਾਂ ਸਿੱਧੇ ਹੋ ਗਏ, ਸਿੱਧੇ ਹੋ ਗਏ ਜੀ, ਵਿੱਚ ਸੀਡ DAP ਬਲੋਕੇਜ ਦੀ ਕੋਈ ਦਿੱਕਤ ਨਹੀਂ। ਹਾਂਜੀ, ਅਤੇ ਬਾਕੀ ਇਹਦੇ 'ਤੇ 1,20,000 ਰੁਪਇਆ ਸਬਸਿਡੀ ਹੈ ਸੁਪਰ ਸੀਡਰ 'ਤੇ, ਇਸ ਵਾਰ CRM ਸਕੀਮ ਦੇ ਵਿੱਚ ਵੱਧ ਕੇ ਆ ਗਈ। ਅਤੇ ਸੈਕਸ਼ਨ ਲੈਟਰ ਜਾਰੀ ਹੋਣ ਤੋਂ ਬਾਅਦ ਸਿਰਫ 14 ਦਿਨ ਦਾ ਸਮਾਂ। ਹਾਂਜੀ, 14 ਦਿਨਾਂ ਦੇ ਵਿੱਚ ਜੇ ਲੈ ਲਿਆ ਠੀਕ ਆ, ਨਹੀਂ ਸਬਸਿਡੀ ਹੋ ਜਾਣੀ ਹੈ ਕੈਂਸਲ। ਅਤੇ ਆਲਾ ਦੁਆਲਾ ਤੁਸੀਂ ਕੁਆਲਿਟੀ ਵਗੈਰਾ ਇਹਦੀ ਚੈੱਕ ਕਰ ਸਕਦੇ ਹੋ ਵੀ ਕਿਸ ਤਰ੍ਹਾਂ ਦਾ ਬਣਿਆ। ਘਰ ਬੈਠੇ ਵੀ ਤੁਸੀਂ ਫੋਨ 'ਤੇ ਔਡਰ ਕਰਕੇ ਮੰਗਾ ਸਕਦੇ ਹੋ, ਬਹੁਤ ਵਧੀਆ ਇੰਪਲੀਮੈਂਟ ਨੇ। ਸੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਦੇਖਣ ਲਈ, ਮਿਹਰਬਾਨੀ।